ਹਾਂਜੀ ਦੋਸਤੋ ਐਮਰਡਿ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤਿੰਨ ਬਖ ਬਖ ਨੋਟੀਫਿਕੇਸ਼ਨ ਅਪਡੇਟ ਲੈ ਕੇ ਹਾਜ਼ਰ ਹੋਇਆ ਜਿਸ ਦੇ ਵਿੱਚ ਦੋ ਨੋਟੀਫਿਕੇਸ਼ਨ ਐ ਐਨਟਰਪ੍ਰੈਸ ਵੀ ਬੋਰਡ ਪੰਜਾਬ ਜੋ ਕਿ ਅਦੀਨ ਸੇਵਾਮਾ ਚੌਂਡ ਬੋਰਡ ਪੰਜਾਬ ਦੇ ਵੱਲੋਂ ਜਾਰੀ ਕੀਤੇ ਗਏ ਨੇ ਜਿਦੇ ਵਿੱਚੋਂ ਇੱਕ ਜੋ ਨੋਟੀਫਿਕੇਸ਼ਨ ਐ ਪੀਪੀਐਸਸੀ ਜਿਹਨੂੰ ਕਿ ਆਪਾਂ ਕਹਿੰਦੇ ਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਅਪਡੇਟ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਕੀ ਉਹ ਅਪਡੇਟ ਨੋਟੀਫਿਕੇਸ਼ਨ ਨੇ ਪੂਰੀ ਵੀਡੀਓ ਜ਼ਰੂਰ ਅੰਤ ਤੱਕ ਦੇਖਣਾ ਜੀ ਪੂਰਾ ਅਪਡੇਟ ਜਾਣਨ ਦੇ ਲਈ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਤੇ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਆਪ ਪੋਸਟ ਆਉਂਦੀਆਂ ਨੇ ਜਿਸ ਨੂੰ ਭਰਨ ਦੇ ਲਈ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਹਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਚਲੋ ਆਪਾਂ ਵੀ ਜੋ ਸਭ ਤੋਂ ਪਹਿਲਾਂ ਪਹਿਲੇ ਨੋਟੀਫਿਕੇਸ਼ਨ ਵੱਲ ਬਾਦਿਆਂ ਜੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੋ ਅਪਡੇਟ ਜਾਰੀ ਕੀਤਾ ਗਿਆ ਹੈ ਟਰਪਲੱਸ ਵੀ ਬੋਰਡ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਜੋ ਕਿ ਅਦੀਨ ਸਭਾਵਾਂ ਚੌਣ ਬੋਰਡ ਪੰਜਾਬ ਹੈ ਜੀ ਜੋ ਕਿ ਬਨਪਪਨ ਸੈਕਟਰ 68 ਮਹੱਲੀ ਵਿਕੇ ਜੀ ਇੱਕ ਜਨਤਕ ਨੋਟਿਸ ਜਾਰੀ ਕੀਤਾ ਗਿਆ ਜਿਸ ਜੋ ਕਿ ਇਸ਼ਤਿਹਾਰ ਨੰਬਰ 4 ਵਟਾ 2022 ਦੇ ਸਬੰਧ ਦੇ ਵਿੱਚ ਹੈ ਜਿਸ ਦੇ ਵਿੱਚ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਜੀ ਪ੍ਰਾਪਤ ਮੰਗ ਪੱਤਰਾਂ ਦੇ ਆਧਾਰ ਦੇ ਉੱਤੇ ਜੀ ਵੀਡੀਓ ਵਿਲੇਜ ਡਵੈਲਪਮੈਂਟ ਆਰਗੇਨਾਈਜ਼ਰ ਜਾਂ ಗ್ರಾಮ ਸੇਵਕਦਿਆਂ ਜੋ 792 ਅਸਾਮੀਆਂ ਜੋ ਹੈ ਆਈਆਂ ਸੀ ਉਹਦੀ ਜੋ ਪ੍ਰਤੀ ਦੀ ਲਿਖਤੀ ਪ੍ਰੀਖਿਆ ਹੈ ਜੋ ਕਿ ਮਿਤੀ 18 ਸਤੰਬਰ 2022 ਨੂੰ ਨਿਸ਼ਚਿਤ ਕਰ ਦਿੱਤੀ ਕਿ ਜਾਨਕਿ ਹੁਣ ਇਸ ਦਾ ਜੋ ਪੇਪਰ ਹੋਵੇਗਾ 18 ਸਤੰਬਰ 2022 ਨੂੰ ਪੇਪਰ ਹੋਵੇਗਾ ਜੋ ਉਮੀਦਵਾਰ ਨੇ ਜੋ ਐਡਮਿਟ ਕਾਰਡ ਨੇ ਜੋ ਉਹਨਾਂ ਦੀ ਆਫੀਸ਼ੀਅਲ ਵੈੱਬਸਾਈਟ ਹੈ ਜੀ ਉਸ ਦੇ ਉੱਤੇ ਜਾ ਕੇ ਜੋ ਹੈ ਡਾਊਨਲੋਡ ਕਰ ਸਕਣਗੇ ਜੀ ਇਸ ਲਈ ਸਾਰੇ ਹੀ ਸਮੂਹ ਉਮੀਦਵਾਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਇਸ ਨੋਟਿਸ ਦੇ ਵਿੱਚ ਕਿ ਉਹ ਸਮੇਂ-ਸਮੇਂ ਦੇ ਉੱਤੇ ਬੋਰਡ ਦੀ ਵੈੱਬਸਾਈਟ ਚੈੱਕ ਕਰਦੇ ਰਹਿਣ ਤੇ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਲੈਣ ਜੀ ਹੁਣ ਆਪਾਂ ਨੋਟੀਫਿਕੇਸ਼ਨ ਨੰਬਰ ਦੋ ਬਲ ਬੱਦਦੇ ਹਾਂ ਜੀ ਜੋ ਨੋਟੀਫਿਕੇਸ਼ਨ ਨੰਬਰ ਦੋ ਹੈ ਜੀ ਉਹ ਵੀ ਅਧਿਨ ਸੇਵਾਮਾ ਚੌਂ ਬੋਰਡ ਪੰਜਾਬ ਬਣਪਵਨ ਸੈਕਟਰ 68 ਐਸ ਐਸ ਨਗਰ ਵੱਲੋਂ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਇਸ਼ਤਿਹਾਰ ਨੰਬਰ 6 2022 ਦੇ ਸਬੰਧ ਵਿੱਚ ਚੰਤਕ ਨੋਟਿਸ ਜਾਰੀ ਕੀਤਾ ਗਿਆ ਜਿਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਡਾਇਰੈਕਟੋਰੇਟ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਹੈ ਜਿਹੜਾ ਉਦਯੋਗਿਕ ਵਿੰਗ ਹੈ ਉਸ ਦੇ ਵਿੱਚ ਹੋਸਟਲ ਸੁਪਰਡੈਂਟ ਕੰਪੀਟੀ ਦੇ ਦੀਆਂ 31 ਅਸਾਮੀਆਂ ਅਤੇ ਸਟੋਰ ਕੀਪਰ ਦੀਆਂ 13 ਅਸਾਮੀਆਂ ਆਈਆਂ ਸੀ ਉਸ ਦੀ ਜੋ ਲਿਖਤੀ ਪ੍ਰੀਖਿਆ ਹੈ ਉਹ 11 9 2022 ਨੂੰ ਲਈ ਜਾਵੇਗੀ ਜੋ ਕਿ ਐਤਵਾਰ ਵਾਲੇ ਦਿਨ ਨੂੰ ਨਿਸ਼ਚਿਤ ਕਰ ਦਿੱਤੀ ਗਈ ਹੈ ਜੀ ਉਮੀਦਵਾਰ ਨੇ ਜੋ ਐਡਮਿਟ ਕਾਰਡ ਇਹਨਾਂ ਦੀ ਆਫੀਸ਼ਲ ਵੈਬਸਾਈਟ ਤੋਂ ਡਾਊਨਲੋਡ ਕਰ ਸਕਣਗੇ ਜੋ ਜਲਦੀ ਹੀ ਅਪਲੋਡ ਕਰ ਦਿੱਤੇ ਜਾਣਗੇ ਤੇ ਇਹਨਾਂ ਨੇ ਸਾਰੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਹਨਾਂ ਦੀ ਆਫੀਸ਼ਲ ਵੈਬਸਾਈਟ ਦੇ ਉੱਤੇ ਵਿਜ਼ਿਟ ਕਰਦੇ ਰਹਿਣ ਅਤੇ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣ ਤਾਂ ਕਿ ਉਹ ਪੂਰੀ ਜਾਣਕਾਰੀ ਹਾਸਲ ਕਰ ਸਕਣ ਅਤੇ ਆਪਣੇ ਐਡਮਿਟ ਕਾਰਡ ਸਮੇਂ ਤੇ ਡਾਊਨਲੋਡ ਕਰ ਸਕਣ ਜੀ ਹੁਣ ਆਪਾਂ ਨੋਟੀਫਿਕੇਸ਼ਨ ਨੰਬਰ 3 ਵੱਲ ਵਧਦੇ ਹਾਂ ਜੀ ਜੋ ਨੋਟੀਫਿਕੇਸ਼ਨ ਨੰਬਰ 3 ਹੈ ਉਸੇ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਜੋ ਹੈ PPSC ਦੇ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਦੇ ਵਿੱਚ ਕਿ ਕਾਰਪੋਰੇਸ਼ਨ ਡਿਪਾਰਟਮੈਂਟ ਦੇ ਵਿੱਚ ਗਵਰਨਮੈਂਟ ਆਫ ਪੰਜਾਬ ਦੇ ਵੱਲੋਂ 320 ਅਸਾਮੀਆਂ ਆਈਆਂ ਸੀ ਜੀ ਇਨਸਪੈਕਟਰ ਕਾਰਪੋਰੇਟ ਸੋਸਾਇਟੀ ਦੇ ਵਿੱਚ ਜੀ ਉਹਨਾਂ ਦੇ ਸਬੰਧ ਦੇ ਵਿੱਚ ਜੋ ਹੈ ਪੇਪਰ ਲਿਆ ਜਾਣਾ ਹੈ ਜਿਸ ਦੇ ਜੋ ਐਡਮਿਟ ਕਾਰਡ ਨੇ ਜੋ ਤੁਸੀਂ ਕੱਲ ਤੋਂ ਡਾਊਨਲੋਡ ਹੋਣੇ ਸ਼ੁਰੂ ਹੋ ਜਾਣਗੇ ਤੁਸੀਂ ਉਹਨਾਂ ਨੂੰ ਡਾਊਨਲੋਡ ਕਰ ਸਕੋਗੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ppsc.ac.in ਦੇ ਉੱਤੇ ਜਾ ਕੇ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਇਹ ਐਡਮਿਟ ਕਾਰਡ ਡਾਊਨਲੋਡ ਕਰ ਲੈਣੇ ਨੇ ਜੀ ਇਹ ਸਨ ਅੱਜ ਦੇ ਤਿੰਨ ਨੋਟੀਫਿਕੇਸ਼ਨ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ